ਜਦੋਂ ਤੁਹਾਡੀ ਕੋਈ ਸ਼ਾਇਦ ਟੁੱਟ ਟੁੱਟ ਜਾਂਦੀ ਹੈ, ਪੁਰਾਣੀ ਹੋ ਜਾਂਦੀ ਹੈ, ਕੱਪੜੇ ਪੁਰਾਣੇ ਹੋ ਜਾਂਦੇ ਆ, ਛੋਟੇ ਹੋ ਜਾਂਦੇ ਆ, ਜਾਂ ਵੈਸੇ ਤੱਕ ਥੱਲੇ ਨਹੀਂ ਆਉਂਦੇ, ਅਤੇ ਤੁਸੀਂ ਮਤਲਬ ਕਿਸੇ ਨੂੰ ਦੇ ਦਿੰਦੇ ਹੋ, ਕਿਸੇ ਗਰੀਬ ਮਸਕੀਨ ਨੂੰ, ਜਾਂ ਵੈਸੇ ਡੰਪ ਕਰ ਦਿੰਦੇ ਹੋ, ਇੱਥੇ ਉਹ ਚੱਕਰ ਨਹੀਂ ਹੈਗਾ। ਇੱਥੇ ਜਦੋਂ ਤੁਸੀਂ ਇਹੋ ਜਿਹੇ ਕਿਸੇ ਸਿਚੁਏਸ਼ਨ ਨੂੰ ਐਨਕਾਊਂਟਰ ਕਰਦੇ ਹੋ, ਅਤੇ ਇੱਥੇ ਇੱਕ ਜਗ੍ਹਾ ਬਣੀ ਹੋਈ ਆ, ਉਹਨੂੰ ਸਕਿੱਪ ਕਹਿੰਦੇ ਆ, ਉੱਥੇ ਕੱਪੜਿਆਂ ਦੇ, ਜੁੱਤਿਆਂ ਦੇ ਔਰ ਕਾਠ ਕਬਾੜ ਸਿੱਟਣ ਦੀ ਜਗ੍ਹਾ ਹੁੰਦੀ ਆ, ਉਹ ਲੋਕ ਫਿਰ ਉਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਡਿਸਪੋਜ਼ ਆਫ ਕਰਦੇ ਆ। ਅਤੇ ਅਸੀਂ ਵੀ ਅੱਜ ਕੁਛ ਚੀਜ਼ਾਂ ਕੱਢੀਆਂ ਨੇ ਉੱਥੇ, ਕੁਛ ਡੋਨੇਟ ਕਰਨੀਆਂ ਨੇ, ਕੁਛ ਡੰਪ ਕਰਨੀਆਂ ਨੇ, ਉਸ ਤੋਂ ਬਾਅਦ ਕੋਈ ਇੱਕ ਦੋ ਹੋਰ 'ਚ ਕੰਮ ਨੇ ਉਹ ਕਰਨੇ ਆ। ਦੈਨ ਅਵ ਗੋਟ ਅ ਵੈਰੀ ਵੈਰੀ ਬਿਗ ਸਰਪ੍ਰਾਈਜ਼ ਫੋਰ ਯੂ। ਤੁਸੀਂ ਥੰਬਨੇਲ ਦੇਖ ਲਿਆ ਹੋਣਾ, ਬਹੁਤ ਇੱਕ ਐਕਸਾਈਟਮੈਂਟ ਵਾਲੀ ਗੱਲ ਆ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਇਸ ਤੋਂ ਪਹਿਲੇ ਕਿ ਆਪਾਂ ਵੀਡੀਓ ਨੂੰ ਪ੍ਰੋਪਰਲੀ ਸ਼ੁਰੂ ਕਰੀਏ, ਪਲੀਜ਼ ਲਾਈਕ ਕਰ ਲਓ ਵੀਡੀਓ ਨੂੰ, ਸਬਸਕ੍ਰਾਈਬ ਕਰੋ ਔਰ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਜਦੋਂ ਸਬਸਕ੍ਰਾਈਬ ਕਰੋਗੇ ਉਦੋਂ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਿਓ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਬਾਰੇ ਨੋਟੀਫਿਕੇਸ਼ਨ ਮਿਲ ਸਕਣ। ਕਬਾੜ ਸਿੱਟਣਾ ਹੁੰਦਾ, ਤੁਸੀਂ ਇੱਥੇ ਕੰਮ ਦੀਆਂ ਚੀਜ਼ਾਂ ਵੀ ਸਿੱਟ ਸਕਦੇ ਹੋ। ਮੁਖਤਲਿਫ ਥਾਵਾਂ ਬਣੀਆਂ ਹੁੰਦੀਆਂ ਨੇ, ਅਗਰ ਕੋਈ ਕਾਰਾਮ ਚੀਜ਼ ਕੋਈ ਲਾਈਕ ਜਿਹੜੀ ਇਸਤੇਮਾਲ ਕੀਤੀ ਜਾ ਸਕਦੀ ਹੈ, ਉਹਦੇ ਵਾਸਤੇ ਅਲੱਗ ਥਾਵਾਂ ਬਣੀਆਂ ਹੋਈਆਂ ਨੇ। ਅਤੇ ਉਹਦਾ ਫਿਰ ਤਰੀਕਾਕਾਰ ਹੁੰਦਾ ਹੈ ਉੱਥੋਂ ਕੱਢ ਕੇ ਉਹਨਾਂ ਚੀਜ਼ਾਂ ਨੂੰ, ਜਿਹੜੇ ਮੁਸਤਹਕੀਨ ਨੇ ਜਾਂ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਚੀਜ਼ਾਂ ਦੀ, ਉਸ ਤੱਕ ਪਹੁੰਚਾਇਆ ਜਾ ਸਕਦਾ। ਤੁਹਾਨੂੰ ਹੈਸਲ ਨਹੀਂ ਕਰਨੀ ਪੈਂਦੀ ਹੈ ਕਿ ਤੁਸੀਂ ਕਿਸੇ ਮੁਸਤਹਕ ਨੂੰ ਲੱਭੋ ਅਤੇ ਫਿਰ ਜਨਾਬ ਉਹਨੂੰ ਜਾ ਕੇ ਚੀਜ਼ਾਂ ਦੇਵੋ। ਇੱਥੇ ਸਰਦੀਆਂ ਦੇ ਵਿੱਚ ਇਹੋ ਜਿਹੇ ਸੋਹਣੇ ਦਿਨ ਘੱਟ ਹੀ ਨਿਕਲਦੇ ਨੇ, ਜੇ ਨਿਕਲੇ ਤਾਂ ਫਿਰ ਸ਼ੁਕਰ ਅਦਾ ਕਰਨਾ ਚਾਹੀਦਾ। ਵੈਸੇ ਯੂ ਕੈਨ ਸੀ ਕਿ ਉੱਥੇ ਕਾਲੇ ਕਾਲੇ ਬੱਦਲ ਆਏ ਹੋਏ ਨੇ, ਗੋਡ ਨੋਜ਼ ਕਿ ਧੁੱਪ ਕਿੰਨੀ ਕੁ ਦੇਰ ਰਹਿਣੀ ਹੈ। ਇੱਕ ਦੋ ਚੀਜ਼ਾਂ ਲੈਣੀਆਂ ਨੇ ਕੋਸਕੋ ਦੇ ਵਿੱਚੋਂ, ਉਹ ਲੈ ਲੈਂਦੇ ਹਾਂ। ਨਾਲੇ ਕ੍ਰਿਸਮਸ ਦਾ ਦੌਰ ਆਇਆ, ਕੋਸਕੋ ਨੂੰ ਬਹੁਤ ਸਾਰਾ ਸਜਾਇਆ ਹੁੰਦਾ ਕ੍ਰਿਸਮਸ ਦੇ ਹਵਾਲੇ ਨਾਲ, ਬਹੁਤ ਸਾਰੀਆਂ ਡੈਕੋਰੇਸ਼ਨਸ ਫੋਰ ਸੇਲ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਕ੍ਰਿਸਮਸ ਥੀਮ ਵਾਲੀਆਂ ਪ੍ਰੋਡਕਟਸ ਔਨ ਸੇਲ ਹੁੰਦੀਆਂ ਨੇ, ਉਹ ਸਾਰੀਆਂ ਤੁਹਾਨੂੰ ਦਿਖਾਉਂਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਲੈ ਕੇ ਜਾਂਦੇ ਹਾਂ ਉਸ ਸਰਪ੍ਰਾਈਜ਼ ਵੱਲ ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਵੀਡੀਓ ਦੇ ਸ਼ੁਰੂ ਦੇ ਵਿੱਚ, ਅਤੇ ਉਹ ਤੁਹਾਨੂੰ ਦੱਸਾਂਗੇ ਕਿ ਸਰਪ੍ਰਾਈਜ਼ ਹੈ। ਗਿਆ ਹੋਣਾ ਕਿ ਵੀਡੀਓ ਵਟ ਇਜ਼ ਦਿਸ ਅਬਾਊਟ। ਸੋ ਬੇਸਿਕਲੀ ਮੈਂ ਬੜੇ ਅਰਸੇ ਤੋਂ ਪਲਾਨ ਕਰ ਰਿਹਾ ਸੀ, ਡਿਜ਼ਾਇਰ ਸੀਗੀ ਕਿ ਮੈਂ ਆਪਣਾ ਲੈਪਟੋਪ ਇੰਪਰੂਵ ਕਰਾਂ। ਮੇਰੇ ਕੋਲ ਜਿਹੜਾ ਲੈਪਟੋਪ ਸੀਗਾ ਪਹਿਲੇ, ਉਹ ਬੇਸਿਕਲੀ ਏਸਰ ਦਾ ਸੀਗਾ, i5 ਪ੍ਰੋਸੈਸਰ ਸੀਗਾ, ਉਹਦੇ ਵਿੱਚ 8 GB ਦੀ ਰੈਮ ਸੀਗੀ ਅਤੇ 1 TB ਦੀ HDD ਸੀਗੀ। ਇਟ ਵਾਜ਼ ਕੁਆਇਟ ਗੁੱਡ ਲੈਪਟੋਪ, ਉਹਨੇ ਤਕਰੀਬਨ ਬੜਾ ਲੰਬਾ ਸਾਥ ਦਿੱਤਾ ਮੇਰਾ। ਆਈ ਥਿੰਕ ਅਸੀਂ 2014 ਦੇ ਵਿੱਚ ਬਾਏ ਕੀਤਾ ਸੀਗਾ, ਅਤੇ ਨੋਰਮਲ ਯੂਜ਼ ਵਾਸਤੇ ਬਾਏ ਕੀਤਾ ਸੀਗਾ, ਈਮੇਲਾਂ ਚੈੱਕ ਕਰਨੀਆਂ, ਯੂਟਿਊਬ ਦੇਖ ਲਈ। ਲੇਕਿਨ ਫਿਰ ਤਕਰੀਬਨ ਪਿਛਲੇ 3-4 ਸਾਲਾਂ ਤੋਂ ਜਦੋਂ ਮੈਂ ਯੂਟਿਊਬ ਸ਼ੁਰੂ ਕੀਤੀ ਆ, ਅਤੇ 3-4 ਤਾਂ ਨਹੀਂ, 2-1 ਸਾਲ ਕਹਿ ਲਓ, ਮੈਂ ਯੂਟਿਊਬ ਸ਼ੁਰੂ ਕੀਤੀ ਆ, ਅਤੇ ਯੂਟਿਊਬ ਦੇ ਵਾਸਤੇ ਜਦੋਂ ਵੀਡੀਓਜ਼ ਐਡਿਟ ਕਰਨੀਆਂ ਪੈਂਦੀਆਂ ਸੀਗੀਆਂ, ਅਤੇ ਉਹਦੇ 'ਚ ਨਾ ਕਾਫੀ ਮੁਸ਼ਕਲ ਪੇਸ਼ ਆ ਰਹੀ ਸੀਗੀ। ਅਤੇ ਮੈਂ ਨਾ ਫਿਰ ਸੋਚਣਾ ਸ਼ੁਰੂ ਕੀਤਾ ਕਿ ਯਾਰ ਲੈਪਟੋਪ ਇੰਪਰੂਵ ਕਰੀਏ, ਕਿਹੜਾ ਲਈਏ ਕਿਹੜਾ ਲਈਏ। ਅਤੇ ਮੇਰੇ ਪਹਿਲੇ ਜੇ 'ਚ ਆਇਆ ਕਿ ਜਿਹੜੇ ਗੇਮਿੰਗ ਲੈਪਟੋਪਸ ਹੁੰਦੇ ਨੇ ਉਹ ਬੜੇ ਪਾਵਰਫੁਲ ਹੁੰਦੇ ਆ, ਮਤਲਬ i9 ਪ੍ਰੋਸੈਸਰ ਹੁੰਦੇ ਆ ਉਹਨਾਂ ਦੇ, 32 64 GB ਦੀਆਂ ਰੈਮਸ ਹੁੰਦੀਆਂ ਨੇ, SSD ਹਾਰਡ ਡਰਾਈਵਸ ਹੁੰਦੀਆਂ ਨੇ, VGA ਕਾਰਡ ਜਿਹੜਾ ਹੁੰਦਾ ਬੜਾ ਹਾਈ ਕੁਆਲਿਟੀ ਦਾ ਹੁੰਦਾ, ਨਿਵੀਡੀਆ ਦਾ 16 GB ਦਾ, 32 GB ਦਾ। ਅਤੇ ਮੈਂ ਬਹੁਤ ਕਰੀਬ ਸੀਗਾ ਕਿ ਮੈਂ ਡੈਲ ਦਾ ਜਿਹੜਾ ਹੈ ਨਾ, ਉਹਨੂੰ ਕੀ ਕਹਿੰਦੇ ਆ, ਏਲੀਅਨ ਵੇਅਰ ਗੇਮਿੰਗ ਲੈਪਟੋਪ ਔਡਰ ਕਰ ਦੇਵਾਂ। ਲੇਕਿਨ ਫਿਰ ਕਿਸੇ ਨੇ ਮੈਨੂੰ ਸਲਾਹ ਦਿੱਤੀ ਕਿ
ਐਪਲ ਦੇ ਜਿਹੜੇ ਨੇ ਨਾ M1 ਚਿੱਪ ਵਾਲੇ, ਦੇ ਆਰ ਰੀਅਲੀ ਰੀਅਲੀ ਗੁੱਡ। ਅਤੇ ਲੋਂਗ ਸਟੋਰੀ ਸ਼ਾਰਟ, ਮੈਂ ਜਨਾਬ ਕਾਫੀ ਐਨਾਲਿਸਿਸ ਤੋਂ ਬਾਅਦ ਐਪਲ ਦਾ ਲੈਪਟੋਪ ਬਾਈ ਕੀਤਾ। ਇਹ ਹੁਣ ਜਿਹੜਾ ਬੇਸਿਕਲੀ ਲੈਪਟੋਪ ਆ, ਇਹ ਹੈਗਾ ਆ ਮੈਕਬੁੱਕ ਪ੍ਰੋ 16 inch ਸਕਰੀਨ ਦੇ ਨਾਲ, ਔਰ ਜਿਹੜੀ M1 ਚਿਪਸ ਨੇ ਉਹਦੇ ਵਿੱਚ ਵੀ ਕਾਫੀ ਵਰਾਇਟੀਜ਼ ਨੇ। ਸਟਾਰਟ ਹੁੰਦੀ ਉਹ M1 ਤੋਂ, ਫਿਰ ਹੁੰਦੀ ਆ M1 ਪ੍ਰੋ, ਦੈਨ ਫਿਰ M1 ਮੈਕਸ। ਇਹਨਾਂ ਤਿੰਨਾਂ ਦੇ ਵਿੱਚ ਵੀ ਨਾ ਮੁਖਤਲਫ ਰੇਂਜਸ ਅਵੇਲੇਬਲ ਨੇ ਕਿ ਤੁਸੀਂ ਸਰਟਨ ਕੋਰਸ ਲੈ ਸਕਦੇ ਹੋ, CPU ਦੇ, ਸਰਟਨ GPU ਦੇ, ਸਰਟਨ ਫਿਰ ਨਿਊਰਲ ਇੰਜਨ ਦੇ। ਆਈ ਥਿੰਕ ਸ਼ੁਰੂ ਹੁੰਦੇ ਨੇ 8-core CPU, 8-core GPU ਔਰ ਮੇ ਬੀ 8-core ਨਿਊਰਲ ਇੰਜਨ, ਅਤੇ ਇਟ ਗੋਜ਼ ਅਪ ਟੂ 10-core CPU, 32-core GPU ਔਰ 16-core ਨਿਊਰਲ ਇੰਜਨ। ਸੋ ਬੇਸਿਕਲੀ ਮੈਂ ਲੈਣ ਗਿਆ ਸੀਗਾ M1 ਮੈਕਸ, ਜਿਹਦੇ ਵਿੱਚ 10-core CPU ਹੁੰਦਾ, 24-core GPU ਹੁੰਦਾ ਆ ਔਰ 16-core ਨਿਊਰਲ ਇੰਜਨ ਹੁੰਦਾ, ਲੇਕਿਨ ਉਹ ਉਹਨਾਂ ਕੋਲ ਸਟਾਕ 'ਚ ਅਵੇਲੇਬਲ ਨਹੀਂ ਸੀ ਹੈਗਾ। ਅਗਰ ਉਹ ਆਰਡਰ ਕਰਨਾ ਸੀ ਤਾਂ ਉਹਦੇ ਵਾਸਤੇ ਔਨਲਾਈਨ ਜਾ ਕੇ ਉਹਨਾਂ ਲਿਟਲ ਬਿਟ ਆਫ ਕਸਟਮਾਈਜੇਸ਼ਨ ਆ ਉਹ ਕਰਨੀ ਪੈਂਦੀ ਹੈ, ਰੈਡੀ ਸਟਾਕ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਉਹ। ਇਸ ਲਈ ਮੈਂ ਜਦੋਂ ਉੱਥੇ ਫਿਰ ਗਿਆ ਅਤੇ ਉਹਨਾਂ ਨੇ ਕਿਹਾ ਜੀ ਆਹ ਅਵੇਲੇਬਲ ਹੁੰਦਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ, ਤੁਹਾਨੂੰ ਕਸਟਮਾਈਜ਼ ਕਰਕੇ ਆਰਡਰ ਕਰਨਾ ਪੈਣਾ, ਉਹ ਹਫ਼ਤੇ ਡੇਢ 'ਚ ਆਏਗਾ। ਅਤੇ ਮੈਂ ਕਿਹਾ ਚਲੋ ਫਿਰ ਆਹੀ ਲੈ ਲੈਂਦੇ ਹਾਂ। ਪ੍ਰਾਈਸ ਦਾ ਉਹਦੇ 'ਚ ਅਤੇ ਇਹਦੇ 'ਚ ਆਈ ਥਿੰਕ 300 ਦਾ ਡਿਫਰੈਂਸ ਸੀਗਾ, ਅਤੇ ਮੈਂ ਕਿਹਾ ਚਲੋ ਫਿਰ ਇਹੀ ਸਹੀ। ਜਿੱਥੇ ਤੱਕ ਅਨਬੋਕਸਿੰਗ ਦਾ ਤਾਲੁਕ ਆ, ਮੈਂ ਤੁਹਾਨੂੰ ਬੋਰ ਨਹੀਂ ਕਰਾਂਗਾ ਉਹਦੇ ਨਾਲ। ਵੱਡੀ ਚੀਜ਼ ਜਿਹੜੀ ਆ ਜ਼ਾਹਰ ਆ 16 inches ਮੈਕਬੁੱਕ ਪ੍ਰੋ ਨਿਕਲਦੀ ਹੈ ਵਿੱਚੋਂ। ਸੈਕਿੰਡਲੀ ਜਿਹੜੀ ਹੋਰ ਵੱਡੀ ਚੀਜ਼ ਆ ਉਹ ਤੁਹਾਡੀ ਚਾਰਜਿੰਗ ਕੇਬਲ, ਜਿਹੜੀ ਕਿ ਐਸ ਫੋਰਮ ਦੇ ਵਿੱਚ ਆ, ਔਰ ਦੂਸਰੇ ਪਾਸਿਓਂ ਇਹ USB-C ਹੁੰਦੀ ਆ, ਅਤੇ ਕਾਫੀ ਗੁੱਡ ਸਾਈਜ਼ ਆ। ਆਈ ਥਿੰਕ 2 meter ਦੀ ਹੋਣੀ ਆ ਇਹ, ਅਤੇ ਇਹ ਜਨਾਬ ਬੜਾ ਫਾਸਟ ਚਾਰਜ ਕਰਦੀ ਆ ਲੈਪਟੋਪ ਨੂੰ। ਅਤੇ ਫਾਸਟ ਚਾਰਜ ਕਰਨ ਵਾਸਤੇ ਆਹ ਜਿਹੜੀ ਬ੍ਰਿਕ ਆ ਨਾ, ਇਹ ਇਸ 32-core GPU ਵਾਲੇ ਦੇ ਨਾਲ ਇਹ ਬਾਈ ਡਿਫੋਲਟ ਆਉਂਦੀ ਹੈ। ਅਗਰ ਤੁਸੀਂ 32-core GPU ਤੋਂ ਛੋਟੀ ਕੋਈ M1 ਮੈਕਸ ਦੀ ਚਿਪ ਲੈਂਦੇ ਹੋ, ਫਿਰ ਤੁਹਾਨੂੰ ਬਾਈ ਡਿਫੋਲਟ ਮਿਲੇਗਾ 90 or 95 watt ਵਾਲੀ ਹੁੰਦੀ ਆ ਉਹ ਜਿਹੜੀ ਮਿਲਦੀ ਆ। ਲੇਕਿਨ ਜਿਹੜੀ ਆਹ ਆ ਇਹ ਮੋਸਟ ਪਾਵਰਫੁਲ ਅਵੇਲੇਬਲ ਇਹਦੀ ਹੈਗੀ ਆ 140 watt। ਬੜੀ ਜਲਦੀ ਇਹ ਲੈਪਟੋਪ ਨੂੰ ਚਾਰਜ ਕਰ ਦਿੰਦੀ ਹੈ। ਇਹਦੇ 'ਚ ਇੱਧਰ ਇਹਦੇ 'ਚ ਅਗਰ ਤੁਸੀਂ ਦੇਖੋ ਕਾਰਡ ਰੀਡਰ ਦੀ ਸਲੋਟ ਆ, ਇੱਕ USB-C ਥੰਡਰਬੋਲਟ ਅਵੇਲੇਬਲ ਆ ਔਰ HDMI ਇਸ ਸਾਈਡ 'ਤੇ ਅਵੇਲੇਬਲ ਆ। ਦੂਸਰੀ ਸਾਈਡ ਦੇ ਉੱਤੇ ਤੁਹਾਡਾ ਹੈੱਡਫੋਨ ਮਾਈਕ ਜੈਕ ਆ, 2 USB-C ਥੰਡਰਬੋਲਟ USB-C ਪੋਰਟਸ ਨੇ, ਅਤੇ ਇਹ ਵਾਲੀ ਜਿਹੜੀ ਇਹ ਡੈਡੀਕੇਟਡ ਚਾਰਜਿੰਗ ਕੇਬਲ ਆ, ਚਾਰਜਿੰਗ ਸਲੋਟ ਆ ਜਿਹੜੀ ਇਸ ਚਾਰਜਰ ਵਾਸਤੇ ਇਹਨਾਂ ਨੇ ਬਣਾਈ ਹੋਈ ਆ। ਚਾਰਜਿੰਗ ਅਗਰ ਤੁਸੀਂ ਕਰਨੀ ਹੋਵੇ ਤਾਂ ਥੰਡਰਬੋਲਟ ਪੋਰਟਸ ਦੇ ਉੱਤੋਂ ਵੀ ਚਾਰਜਿੰਗ ਕਰ ਸਕਦੇ ਹੋ। ਬਾਕੀ ਸਟੈਂਡਰਡਾਈਜ਼ਡ ਕੰਮ ਨੇ, ਤੁਸੀਂ ਦੇਖ ਸਕਦੇ ਹੋ ਐਪਲ ਦਾ ਲੋਗੋ, ਸਟੈਂਡਰਡਾਈਜ਼ਡ ਐਪਲ ਲੋਗੋ, ਅਤੇ ਉਹਦੀ ਬੈਕ ਸਾਈਡ 'ਤੇ ਅਗਰ ਤੁਸੀਂ ਦੇਖੋ ਤਾਂ ਮੈਕਬੁੱਕ ਪ੍ਰੋ ਐਨਗ੍ਰੇਵਡ ਆ। ਅਤੇ ਆਹੀ ਕੁਛ ਬਸ ਜਨਾਬ ਡੱਬੇ 'ਚੋਂ ਨਿਕਲਿਆ, ਕੋਈ ਲੰਮੀਆਂ ਚੌੜੀਆਂ ਚੀਜ਼ਾਂ ਨਹੀਂ ਨਿਕਲੀਆਂ। ਜਿੱਦਾਂ ਮੈਂ ਤੁਹਾਨੂੰ ਦਿਖਾਇਆ ਇਹਦੇ 'ਚ ਨਾ 3 USB-C ਥੰਡਰਬੋਲਟ 4 ਪੋਰਟਸ ਨੇ, ਜਿਹੜੀ ਉਹ ਕਨਵੈਨਸ਼ਨਲ ਪੋਰਟਸ ਹੁੰਦੀਆਂ ਸੀਗੀਆਂ ਨਾ USB-A ਵਾਲੀਆਂ, ਉਹ ਅਵੇਲੇਬਲ ਨਹੀਂ ਹੈਗੀਆਂ। ਅਤੇ ਮੇਰੇ ਕੋਲ ਕਾਫੀ ਸਾਰਾ ਜਿਹੜਾ ਸਮਾਨ ਆ ਜਿਹੜਾ ਮੈਂ ਜ਼ਾਹਰਾ ਲੈਪਟੋਪ ਦੇ ਨਾਲ ਕਨੈਕਟ ਕਰਨਾ ਹੁੰਦਾ ਉਹ USB-A ਵਾਲਾ ਆ। ਉਹਦੇ ਵਾਸਤੇ ਮੈਂ ਆਹ ਵਾਲੀ ਇੱਕ ਲਈ ਆ ਪੋਰਟ 'ਚ ਹੀ, ਕੰਪਨੀ ਦਾ ਪਤਾ ਨਹੀਂ ਕੀ ਆ, ਡੋਲੋਵੋ। ਅਤੇ ਇਹ ਬੇਸਿਕਲੀ ਇਸ ਸਾਈਡ 'ਤੇ ਇਹਦੇ 2 USB-C ਥੰਡਰਬੋਲਟ ਪੋਰਟਸ ਨੇ ਜਿਹੜੀਆਂ ਉਹਦੇ ਉਹ 'ਚ ਲੱਗ ਜਾਣਗੀਆਂ, ਅਤੇ ਇਹਦੇ ਨਾਲ ਫਿਰ ਮੈਨੂੰ ਨਾ 3 ਮਿਲ ਜਾਣਗੀਆਂ ਐਕਸਟੈਂਡਡ ਪੋਰਟਸ ਫੋਰ USB-A। ਜਿਹੜੀਆਂ USB-C ਥੰਡਰਬੋਲਟ ਪੋਰਟਸ ਨੇ ਉਹ ਸਟਿਲ ਅਵੇਲੇਬਲ ਨੇ, ਇਹਦੇ ਵਿੱਚ ਮੈਨੂੰ ਇੱਕ ਹੋਰ HDMI ਕਨੈਕਸ਼ਨ ਮਿਲ ਜਾਏਗਾ ਔਰ ਮਿੰਨੀ ਕਾਰਡ ਰੀਡਰ ਔਰ ਸਟੈਂਡਰਡ ਸਾਈਡ ਕਾਰਡ ਰੀਡਰ ਵੀ ਇਹਦੇ 'ਚ ਮੌਜੂਦ ਆ। ਕਾਰਡ ਰੀਡਰ ਦੀਆਂ ਸਲੋਟਸ ਇਹਦੇ ਵਿੱਚ ਵੀ ਹੈਗੀਆਂ ਨੇ, ਬਟ ਇਟਸ ਨਾਈਸ ਟੂ ਹੈਵ ਸਮਥਿੰਗ ਐਕਸਟਰਾ। ਉਸ ਤੋਂ ਇਲਾਵਾ ਵਿਦ ਰਿਸਪੈਕਟ ਟੂ ਮੂਵਿੰਗ ਫਰੋਮ ਵਿੰਡੋਜ਼ ਬੇਸਡ ਓਪਰੇਟਿੰਗ ਸਿਸਟਮ ਟੂ ਐਪਲ ਦਾ ਜਿਹੜਾ ਹੁੰਦਾ ਆ OS, ਇਟਸ ਰੀਅਲ ਡਿਫੀਕਲਟ। ਬਟ ਅਗਰ ਤੁਹਾਨੂੰ ਕਿਸ ਕੰਪਿਊਟਰ ਦੀ ਨੋ ਹਾਓ ਹੈਗੀ ਹੈ ਨਾ ਥੋੜ੍ਹੀ ਬਹੁਤ, ਇਟਸ ਨਾਟ ਅ ਬਿਗ ਇਸ਼ੂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਮੀਲਰ ਹੀ ਨੇ ਵਿੰਡੋਜ਼ ਬੇਸਡ ਓਪਰੇਟਿੰਗ ਸਿਸਟਮ ਦੇ ਨਾਲ। ਕੁਛ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਨਾ ਸਟਰਗਲ ਕਰਨੀਆਂ ਪੈਂਦੀਆਂ, ਉਹ ਬਸ ਤੁਸੀਂ ਇੱਧਰ ਉੱਧਰ ਹੱਥ ਮਾਰਦੇ ਹੋ ਅਤੇ ਤੁਸੀਂ ਈਜ਼ੀਲੀ ਉਹਨਾਂ ਨੂੰ ਪਿਕਅਪ ਕਰ ਸਕਦੇ ਹੋ। ਇੱਕ ਮੈਂ ਵੀਡੀਓ ਐਡਿਟ ਕੀਤੀ ਆ, 2 ਕੀਤੀਆਂ ਨੇ ਬੇਸਿਕਲੀ ਜਦੋਂ ਦਾ ਇਹ ਲਿਆ ਆ, ਅਤੇ ਅਮੇਜ਼ਿੰਗ ਯਾਰ, ਐਸੀ ਸਪੀਡ ਜਿਹੜੀ ਮੈਂ ਕਦੇ ਬਹਿ ਕੇ ਸੁਪਨਿਆਂ ਹੀ ਸੋਚਦਾ ਸੀ ਨਾ ਕਿ ਯਾਰ ਕਦੇ ਇੱਦਾਂ ਵੀ ਮੈਨੂੰ ਤੇਜ਼ ਲੈਪਟੋਪ ਲੱਭੇ ਅਤੇ ਮੈਂ ਕਰਾਂ। ਯਕੀਨ ਕਰੋ ਬਟਰੀ ਸਮੂਦ
प्लेबैक होंदा है विद इन डविंची रिजॉल्व एडिटर. एक मैं वीडियो एडिट की थी है 1080p विद 24 फ्रेम्स, एक मैं एडिट की थी है 1080p विद 60 फ्रेम्स. लेकिन ये जरा लैपटॉप है इट्स पावरफुल इनफ टू एडिट 8K वीडियोस. आज जरा मेरा कैमरा है कैनन M50 4K रिकॉर्डिंग तो होंगी है बट उस ना ऑटोफोकस लूज हो जाता है, मतलब आ कि मैं सिर्फ ना 1080p ही रिकॉर्ड कर सकता. तो जो तक मैं अपना कैमरा अपग्रेड नहीं करता उदों तक यह जरा लैपटॉप आ अपन लिमिट्स में टच नहीं करेगा. लेकिन जो मैं अपना कैमरा अपग्रेड कर लिया और मैं 4K रिकॉर्डिंग शुरू की, फिर आप इस लैपटॉप को रियली टेस्ट के गुजारा. चलो जी, मैं बहुत एक्साइटेड हाँ इस लैपटॉप में यूज़ करने वास्ते. अगर थोड़ा वीडियो पसंद आई है प्लीज़ लाइक शेयर एंड कमेंट, और अगर तुम चैनल को सब्सक्राइब नहीं किया हाले तक दैन प्लीज़ 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 सब्सक्राइब टू माई चैनल. और बड़ी सपोर्ट मिलती है, एनकरेजमेंट मिलती है. अपना बहुत सारा ख्याल रखियो, थोड़े मुलाकात होगी अगली वीडियो के उदों तक. अल्लाह हाफिज़.